ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀਆਂ ਸੰਗਰੂਰ ਪੁਲਿਸ ਵੱਲੋਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਉਪਰੰਤ ਹੁਣ ਸਿੱਧੂ ਮੂਸੇਵਾਲਾ ਅਤੇ ਉਸ ਦੇ ਸਾਥੀਆਂ ਸਣੇ 5 ਪੁਲਿਸ ਮੁਲਾਜ਼ਮਾਂ ਉੱਪਰ ਥਾਣਾ ਸਦਰ ਧੂਰੀ ਵਿਖੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਜ ਮਾਮਲੇ ਅਨੁਸਾਰ ਸਿੱਧੂ ਮੂਸੇਵਾਲਾ, ਕਰਮ ਲਹਿਲ, ਇੰਦਰਵੀਰ ਗਰੇਵਾਲ, ਜੰਗ ਸ਼ੇਰ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਸਿਪਾਹੀ ਜਸਵੀਰ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਵੱਲੋਂ ਲੱਡਾ ਕੋਠੀ ਵਿਖੇ ਬਣੀ ਸ਼ੂਟਿੰਗ ਰੇਂਜ ਵਿਖੇ ਫਾਇਰਿੰਗ ਕੀਤੀ ਗਈ ਸੀ ਅਤੇ ਕਰਫਿਊ ਦੀ ਉਲੰਘਣਾ ਕੀਤੀ ਗਈ ਸੀ। ਇਸ ਸੰਬੰਧੀ SHO ਡਾਕਟਰ ਜਗਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਿੱਧੂ ਮੂਸੇਵਾਲਾ ਸਣੇ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਧੂਰੀ ਵਿਖੇ ਕੱਲ੍ਹ FIR ਨੰਬਰ 170 ਰਜਿਸਟਰ ਹੋਈ ਹੈ, ਜੋ ਕਿ ਸਿੱਧੂ ਮੂਸੇਵਾਲਾ ਸਮੇਤ ਕੁੱਲ 9 ਵਿਅਕਤੀਆਂ ਦੇ ਹੋਈ ਹੈ, ਜਿਨ੍ਹਾਂ 'ਚ 5 ਜਿਹੜੇ ਪੁਲਿਸ ਵਾਲੇ ਨੇ ਅਤੇ ਬਾਕੀ ਸਿਵਲ ਦੇ ਨੇ 4। ਇਹਨਾਂ ਨੇ ਜਿਹੜਾ ਲੱਦਾ ਕੋਠੀ ਵਿਖੇ ਬੱਟ ਯੂਜ ਕਰਕੇ ਉੱਥੇ ਪਿਸਟਲ ਦੇ ਨਾਲ ਫਾਇਰ ਕੀਤੇ ਸੀਗੇ, ਇਹਦੀ ਵੀਡੀਓ ਵਾਇਰਲ ਹੋਣ 'ਤੇ ਅਸੀਂ ਜਿਹੜੀ ਹੈ ਮੁਕੱਦਮਾ ਦਰਜ ਕਰ ਲਿਆ। ਇਹਦੇ 'ਤੇ ਧਾਰਾ 188 ਅਤੇ 51 ਡਿਜ਼ਾਸਟਰ ਐਕਟ ਮੈਨੇਜਮੈਂਟ ਐਕਟ 2005 ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਜਿਹੜੀ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਬਾਕੀ ਇਹਦੇ ਜੋ ਵੀ ਤੱਥ ਹੋਣਗੇ ਉਹ ਤਫਤੀਸ਼ ਦੌਰਾਨ ਬਚ ਜਾਣਗੇ। ਇਹ ਜਿਹੜੇ ਮੁਲਾਜ਼ਮ ਸੀਗੇ ਕਿੱਥੇ ਥਣ ਨਾਲ ਸੰਬੰਧ ਸੀਗੇ? ਇਹ ਮੁਲਾਜ਼ਮ ਅਲੱਗ ਅਲੱਗ ਸੀਗੇ, ਗਨਮੈਨ ਟਾਈਪ ਅਤੇ ਜਿਹੜੇ ਸਾਡੇ ਇਸ ਏਰੀਏ ਦੇ ਨਹੀਂ ਹੈਗੇ ਨੇ। ਕੋਈ ਪਟਿਆਲੇ ਤੋਂ ਸੀਗਾ, ਅਣਅਧਿਕਾਰਤ ਮਿਲਿਆ ਹੋਇਆ DSP ਹੈੱਡਕੁਆਰਟਰ ਨੂੰ। ਇੱਕ ਦੋ ਇੱਦਾਂ ਅਲੱਗ ਅਲੱਗ ਤਰ੍ਹਾਂ ਦੇ ਸੀਗੇ ਉਹ, ਜਿਹੜੇ ਉਹ ਜਿਨ੍ਹਾਂ 'ਤੇ ਵੀ ਵੱਖਰੀ ਕਾਰਵਾਈ ਕੀਤੀ ਗਈ ਹੈ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।